ਡੜਿਆਲ ਪਿੰਡ ਪਹੁੰਚੇ ਕਿੰਨੀ ਕੀ ਰਕਬਾ ਜਿਹੜਾ ਛੁਡਾਇਆ ਗਿਆ ਜਿਹੜੀ ਪੰਚਾਇਤੀ ਅੱਜ ਬਲਾਕ ਦਸੂਏ ਦਾ ਪਿੰਡ ਡੜਿਆਲ 850 ਏਕੜ ਜ਼ਮੀਨ ਜਿਹੜੀ ਵੱਖ ਵੱਖ ਵਿਅਕਤੀਆਂ ਕੋਲ ਕਬਜ਼ੇ ਅਧੀਨ ਸੀ ਸਾਡੇ ਪੰਚਾਇਤ ਵਿਭਾਗ ਦੀ ਉਹ ਅੱਜ ਸਾਰੇ ਮੈਂ ਭਰਾਵਾਂ ਦਾ ਪਹਿਲਾਂ ਤਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਅੱਗੇ ਆ ਕੇ ਇਹ ਜ਼ਮੀਨ ਪੰਜਾਬ ਸਰਕਾਰ ਦੇ ਹਵਾਲੇ ਕੀਤੀ ਆ ਅਤੇ ਮੈਂ ਪੂਰੇ ਪੰਜਾਬ ਦੇ ਵਿੱਚ ਇਹ ਅਪੀਲ ਕਰਦਾ ਕਿ ਜਿਵੇਂ ਪਿੰਡ ਡੜਿਆਲ ਦੇ ਲੋਕ ਅੱਗੇ ਆਏ ਆ ਵੱਡੀ ਗਿਣਤੀ ਦੇ ਵਿੱਚ 850 ਏਕੜ ਜ਼ਮੀਨ ਜਿਹੜੀ ਅੱਜ ਪੰਚਾਇਤ ਵਿਭਾਗ ਦੇ ਅਧੀਨ ਇਹਨਾਂ ਨੇ ਛੱਡੀ ਉਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਬੜਾ ਲੰਮਾ ਸਮਾਂ ਆਮਦਨ ਖਾਲੀ ਆ ਪੰਜਾਬ ਦੇ ਜਿੰਨੇ ਵੀ ਕਿਸਾਨ ਵੀਰ ਕਾਬਜ ਕਰ ਰਹੇ ਆ ਅਤੇ ਵੇਖੋ ਜਿਹੜੀ ਜ਼ਮੀਨ ਸਰਕਾਰ ਦੀ ਆ ਉਹ ਪੰਜਾਬ ਦੇ ਲੋਕਾਂ ਦੀ ਜ਼ਮੀਨ ਆ ਅਤੇ ਇਹ ਨਹੀਂ ਕਿ ਇੱਕ ਜਾਂ ਦੋ ਜਾਂ 10 ਵਿਅਕਤੀ ਪਿੰਡ ਦੇ ਵਿੱਚੋਂ ਪੂਰੇ ਪਿੰਡ ਦੀ ਜਿਹੜੀ ਆਬਾਦੀ ਕੋਈ 5,000 ਆ 7,000 ਆ 10,000 ਆ ਉਹਨਾਂ 10,000 ਲੋਕਾਂ ਦੀ ਕੋਈ 5-7-10 ਬੰਦੇ ਜਿਹੜੀ ਜ਼ਮੀਨ ਉਹਦੀ ਆਮਦਨ ਖਾਧੀ ਜਾਣ ਅਤੇ ਜਿੰਨੀ ਵੀ ਜ਼ਮੀਨ ਰਹਿੰਦੀ ਆ ਇਹ ਅਸੀਂ ਸਖਤੀ ਨਾਲ ਨਿਰਦੇਸ਼ ਜਾਰੀ ਕੀਤੇ ਆਪਦੇ ਅਧਿਕਾਰੀਆਂ ਨੂੰ ਜਿਹੜਾ ਸਾਡਾ ਸ਼ਾਮ ਲਾਡ ਸੈੱਲ ਆ ਉਹਨੂੰ ਵੀ ਹੋਰ ਮਜ਼ਬੂਤ ਕਰਾਂਗੇ ਤਾਂ ਜੋ ਉਹਦੀ ਮਜ਼ਬੂਤੀ ਦੇ ਨਾਲ ਜਿੰਨੀ ਜ਼ਮੀਨ ਜਿਹੜੀ ਸਾਡੀ ਕਬਜ਼ੇ ਅਧੀਨ ਰਹਿ ਗਈ ਆ ਉਹ ਸਾਰੇ ਦੀ ਸਾਰੀ ਪੰਚਾਇਤ ਮਹਿਕਮੇ ਦੇ ਅਧੀਨ ਪੰਜਾਬ ਸਰਕਾਰ ਦੇ ਅਧੀਨ ਲਿਆਂਦੀ ਜਾ ਸਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਸਾਲ ਤੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਜਦੋਂ ਦੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਅਤੇ ਪਿਛਲੇ ਸਾਲ 9,000 ਏਕੜ ਰਕਬਾ ਜਿਹੜਾ ਲੋਕਾਂ ਦੇ ਕਬਜ਼ਿਆਂ ਹੇਠੋਂ ਪੰਜਾਬ ਸਰਕਾਰ ਦੇ ਅਧੀਨ ਲਿਆਂਦਾ 31 ਮਈ ਤੱਕ 1300 ਏਕੜ ਦੇ ਕਰੀਬ ਜਿਹੜਾ ਰਕਬਾ ਸੀ ਇਸ ਸਾਲ ਉਹ ਪੰਜਾਬ ਸਰਕਾਰ ਦੇ ਅਧੀਨ ਆਇਆ ਅਤੇ ਅੱਜ 850 ਏਕੜ ਜਿਹੜਾ ਅੱਜ ਇੱਕੇ ਦਿਨ ਹੀ ਅੱਜ ਕਬਜ਼ਾ ਲਿਆ ਗਿਆ ਪੰਜਾਬ ਸਰਕਾਰ ਦੇ ਅਧੀਨ ਇਹ ਰਕਬਾ ਆ ਅਤੇ ਇਹਦੇ ਤੋਂ ਪਹਿਲਾਂ ਲਗਭਗ 1 ਤਰੀਕ ਤੋਂ ਜਦੋਂ ਦਾ ਦਾਸ ਨੇ ਵਿਭਾਗ ਸੰਭਾਲਿਆ 250 ਏਕੜ ਦੇ ਕਰੀਬ ਪਹਿਲਾਂ ਵੀ ਰੋਜ਼ ਹੀ ਸਾਡੇ ਅਧਿਕਾਰੀ ਵੱਖ ਵੱਖ ਪਿੰਡਾਂ ਵੱਖ ਵੱਖ ਬਲਾਕਾਂ ਦੇ ਵਿੱਚ ਜਾ ਕੇ ਜਿਹੜੀ ਆਪਦੀ ਕਾਰਵਾਈ ਉਹ ਕਰਦੇ ਰਹੇ ਆ ਅਤੇ 250 ਏਕੜ ਦੇ ਕਰੀਬ ਜ਼ਮੀਨ ਜਿਹੜੀ ਆ ਉਹ 1 ਤਰੀਕ ਤੋਂ ਲੈ ਕੇ ਕੱਲ੍ਹ ਤੱਕ ਜਿਹੜੀ ਸਾਡੀ ਪੰਜਾਬ ਸਰਕਾਰ ਦੇ ਅਧੀਨ ਆਈ ਆ ਅਤੇ ਜਿਵੇਂ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਕਿ ਜੇ ਤਾਂ ਆਪੇ ਜ਼ਮੀਨ ਛੱਡ ਦੇਣਗੇ ਤਾਂ ਕੋਈ ਉਹਨਾਂ 'ਤੇ ਕਾਰਵਾਈ ਨਹੀਂ ਹੋਵੇਗੀ ਕਿਸਾਨ ਜਿਹੜੇ ਕਬਜ਼ਾ ਧਾਰਕ ਨੇ ਅਤੇ ਜੇ ਨਹੀਂ ਛੱਡਦੇ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਨਾਲੇ ਪਰਚਾ ਅਤੇ ਨਾਲੇ ਖਰਚਾ ਜਿੱਦਾਂ ਜਿੰਨਾ ਸਮਾਂ ਹੋ ਗਿਆ ਕਬਜ਼ਾ ਕੀਤੇ ਨੂੰ ਉਦੋਂ ਤੋਂ ਲੈ ਕੇ ਹੁਣ ਤੱਕ ਖਰਚਾ ਵੀ ਸਰਕਾਰ ਪਾ ਸਕਦੀ ਹੈ ਇਸ ਕਰਕੇ ਬੇਨਤੀ ਹੈ ਜਿਵੇਂ ਡੜਿਆਲ ਪਿੰਡ ਦੇ ਅਤੇ ਹੋਰ ਵੀ ਕਈ ਪਿੰਡਾਂ ਦੇ ਲੋਕ ਆਪ ਅੱਗੇ ਆਏ ਆ ਇਹਨਾਂ ਲੋਕਾਂ ਨੇ ਇਹ ਕਿਹਾ ਇਹ ਮੇਰੇ ਭਰਾ ਨੇ ਸਾਰੇ ਜਿਨ੍ਹਾਂ ਨੇ ਜ਼ਮੀਨਾਂ ਅੱਜ ਪੰਜਾਬ ਸਰਕਾਰ ਨੂੰ ਦਿੱਤੀਆਂ ਅਤੇ ਖੁਦ ਕਹਿੰਦੇ ਆ ਕਿ ਵੇਖੋ ਜੇ ਕਿਸੇ ਦਾ ਅਸੀਂ ਹੱਕ ਖਾਵਾਂਗੇ ਭਾਵੇਂ ਸਰਕਾਰ ਦਾ ਅਤੇ ਭਾਵੇਂ ਕਿਸੇ ਵਿਅਕਤੀ ਦਾ ਅਤੇ ਉਹਦਾ ਹੱਕ ਖਾਣ ਨਾਲ ਸਾਡੀ ਆਪਦੀ ਇਹ ਆਪ ਕਹਿੰਦੇ ਕਿ ਸਾਡੀ ਆਪਦੀ ਜ਼ਮੀਨ ਦੇ ਵਿੱਚ ਵੀ ਬਰਕਤ ਨਹੀਂ ਰਹਿੰਦੀ ਰਹੀ ਅਸੀਂ ਜੇ ਪੰਜਾਬ ਸਰਕਾਰ ਦੀ ਜ਼ਮੀਨ ਖਾਧੀ ਹੈ ਤਾਂ ਸਾਡੀ ਆਪਦੀ ਜ਼ਮੀਨ ਦੇ ਪੈਸੇ ਵੀ ਗਲਤ ਪਾਸੇ ਹੀ ਲੱਗਦੇ ਰਹੇ ਆ ਭਾਵੇਂ ਉਹ ਕਿਸੇ ਪਾਸੇ ਖਰਚ ਹੋ ਗਏ ਜਾਂ ਮੁੰਡੇ ਨੇ ਗੱਡੀ ਲੈ ਲਈ ਕੋਠੀ ਪਾ ਲਈ ਜਾਂ ਉਹ ਬਿਮਾਰੀ 'ਤੇ ਲੱਗ ਗਏ ਕਿ ਅਸੀਂ ਆਪਦੀ ਜ਼ਮੀਨ 'ਤੇ ਜਿਹੜੀ ਇਹ ਪੰਚਾਇਤੀ ਜ਼ਮੀਨ ਇਹਦੇ ਨਾਲ ਕੋਈ ਜਾਇਦਾਦ ਨਹੀਂ ਬਣਾਈ ਇਹਦੇ ਨਾਲ ਕੋਈ ਅਸੀਂ ਸੁੱਖ ਦੀ ਰੋਟੀ ਨਹੀਂ ਖਾਧੀ ਕਿਉਂਕਿ ਜਦੋਂ ਵੀ ਆਪਾਂ ਵੇਹਨੇ ਹਾਂ ਜਦੋਂ ਕੋਈ ਕਿਸੇ ਦਾ ਹੱਕ ਖਾਂਦਾ ਇਹ ਸਾਰੀ ਜ਼ਮੀਨ ਪੰਜਾਬ ਦੇ ਲੋਕਾਂ ਦੀ ਇਹ ਪੰਜਾਬ ਦੇ ਲੋਕਾਂ ਦਾ ਹੱਕ ਆ ਜਿਹੜੀ ਇਹ ਜ਼ਮੀਨ ਹੈ ਪੰਚਾਇਤੀ ਜ਼ਮੀਨ ਮਤਲਬ ਕਈ ਜਗ੍ਹਾ ਦੇ ਉੱਤੇ ਜਿਹੜੀ ਪੰਚਾਇਤੀ ਜ਼ਮੀਨ ਉਹਦੇ 'ਤੇ ਕੋਠੀਆਂ ਬਣੀਆਂ ਕਈਆਂ ਨੇ ਆਪਣਾ ਕਾਰੋਬਾਰ ਕੀਤਾ ਉਹ ਵੀ ਛੱਡਾਈਆਂ ਜਾਣਗੀਆਂ ਵੇਖੋ ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਦੇ ਆਦੇਸ਼ ਇਹੋ ਆ ਕਿ ਜਿਹੜੀਆਂ ਖਾਲੀ ਪਈਆਂ ਜ਼ਮੀਨਾਂ ਉਹ ਸਾਰੀਆਂ ਛਡਾਈਆਂ ਜਾਣ ਬਾਕੀ ਜਿਵੇਂ ਮੁੱਖ ਮੰਤਰੀ ਸਾਹਿਬ ਦੇ ਨਿਰਦੇਸ਼ ਹੋਣਗੇ ਉਹਦੇ ਮੁਤਾਬਕ ਕੰਮ ਕੀਤਾ ਜਾਵੇਗਾ ਅਤੇ ਹੁਣ ਗਾਂਹ ਅਸੀਂ ਹੋਰ ਵੀ ਸਖਤੀ ਵੱਧ ਕਰਾਂਗੇ ਤਾਂ ਜੋ ਜਿੰਨੀ ਵੀ ਪੰਚਾਇਤੀ ਜ਼ਮੀਨ ਹੈ ਸ਼ਾਮ ਲਾਟ ਜ਼ਮੀਨ ਆ ਪੰਜਾਬ ਸਰਕਾਰ ਦੀ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਹੈ ਉਹ ਸਾਰੀ ਪੰਜਾਬ ਸਰਕਾਰ ਦੇ ਅਧੀਨ ਲਿਆਂਦੀ ਜਾ ਸਕੇ ਅਤੇ ਇਹ ਇਸ ਆਮਦਨ ਦੇ ਨਾਲ ਜਿਹੜਾ ਪੰਜਾਬ ਸਿਰ 3,00,000 ਕਰੋੜ ਰੁਪਈਆ ਕਰਜ਼ਾ ਜਿਹੜਾ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਚਾੜਿਆ ਉਹ ਸਾਰੇ ਦਾ ਸਾਰਾ ਲਾ ਸਕੀਏ ਅਤੇ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਪੰਜਾਬ ਦੇ ਵਿੱਚ ਜਿਵੇਂ ਬਿਜਲੀ ਫਰੀ ਆ, ਮੁਹੱਲਾ ਕਲੀਨਿਕ ਖੋਲ੍ਹੇ ਆ, ਸਕੂਲਾਂ ਦੇ ਵਿੱਚ ਟੀਚਰ ਪੂਰੇ ਕੀਤੇ ਆ, ਬੱਚਿਆਂ ਲਈ ਵਰਦੀਆਂ, ਕਿਤਾਬਾਂ, ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਸਹੂਲਤਾਂ ਉਹ ਪੰਜਾਬ ਦੇ ਲੋਕਾਂ ਨੂੰ ਦੇ ਸਕੀਏ ਇਹ ਪੰਜਾਬ ਦੇ ਲੋਕਾਂ ਦੀ ਪ੍ਰਾਪਰਟੀ ਆ, ਇਹ ਪੰਜਾਬ ਸਰਕਾਰ ਦੀ ਪ੍ਰਾਪਰਟੀ ਹੈ, ਪੰਜਾਬ ਸਰਕਾਰ ਦੇ ਅਧੀਨ ਲਿਆਂਦੀ ਜਾਵੇ। ਸਰ ਇੱਕ ਬੀਤੇ ਦਿਨ 321 ਕਿੱਲਾ ਦਾ ਕਬਜ਼ਾ ਛੁਡਾਇਆ ਗਿਆ ਇੱਥੇ ਨਾਲ ਦੇ ਪਿੰਡ 2,00,000 ਪੈਂਦਾ ਹੈ ਸਰ ਉਹ ਕਬਜ਼ੇ ਦਵਾਈ ਛੁਡਾਉਣ ਤੋਂ ਬਾਅਦ ਤੀਸਰੇ ਦਿਨ ਦੁਬਾਰਾ ਹੀ ਪਿੰਡ ਲੋਕਾਂ ਵੱਲੋਂ ਜਿਹੜੇ ਦੁਬਾਰਾ ਕਰ ਲਏ ਗਏ ਜੇ ਕਿਸੇ ਨੇ ਦੁਬਾਰਾ ਕੋਈ ਕਬਜ਼ਾ ਕੀਤਾ ਉਹਦੇ 'ਤੇ ਬਕਾਇਦਾ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਹੋਵੇਗੀ ਉਹ ਕਾਰਵਾਈ ਕੀਤੀ ਜਾਵੇਗੀ ਅਤੇ ਉਹ ਜ਼ਮੀਨ ਛੱਡਾ ਕੇ ਫਿਰ ਉਹਦੀ ਬੋਲੀ ਸਰ ਮੌਜੂਦਾ ਸਰਪੰਚਾਂ ਤੋਂ ਵੀ ਹੈਗਾ ਅਤੇ ਉਹਨਾਂ ਨੇ ਮੰਨਿਆ ਵੀ ਹੈਗਾ ਕਿ ਸਾਡੇ ਕੋਲ ਜ਼ਮੀਨ ਅਸੀਂ ਇੱਦਾਂ ਨਹੀਂ ਛੱਡਾਂਗੇ ਸਾਡੇ ਪੁਰਾਣੇ ਕਬਜ਼ੇ ਨੇ ਉਹਨਾਂ ਨੂੰ ਸਰ ਉਹਨਾਂ 'ਤੇ ਕੀ ਕਾਰਵਾਈ ਸਰਪੰਚ ਵੀ ਸਸਪੈਂਡ ਹੋਣਗੇ ਜਿਹੜਾ ਸਰਪੰਚ ਖੁਦ
सरकार की जमीन मलदा वह सरपंच रहने के काबिल नहीं, उस सरपंच से कार्रवाई करके सस्पेंड किया जाएगा। बुनर साहब की कारण होया कि जिहड़ा तुहाडे पुराना पोर्टफोलियो जिन्हां कोल महकमा सीगा उस पोर्टफोलियो दे अधीन जिहड़ा शिवालिक हिल्स के उत्ते चंडीगढ़ से सरदार सिमरनजीत सिंह मान के बेटे का कब्जा जिहड़ा किया गया जदों मुख्यमंत्री साहब छड़ाण गए सी वो हाईकोर्ट वालों उस वेले टिप्पणी करके स्टे कर दिता गया कि महकमे वालों पूरी तौर के उत्ते फौरी जिहड़ा कार्रवाई करनी सी नहीं कर सकी। अगर इन फ्यूचर भी इस महकमे वालों कोई कब्जा छड़ाया जाता है तो उन्होंने कोर्ट वालों राहत मिल जाती है तो वो बारे महकमे ने हुण तक की उहदी सूची की है? देखो ये ना जिहड़ा कोई स्टे मिलता पंचायती जमीन पर जां शामलाड़ जमीन पर कितना कितने साढ़े जिहड़े थलड़े पद्धर के अधिकारी वह रले हुंदे आ उन्हां नालों रिकॉर्ड जिहड़ा वह गायब किया गया हुंदा जदों मालकी पंजाब सरकार दी आ तो उहदे ते स्टे नहीं मिलना चाहीदा। जिहड़े साढ़े अधिकारी कई तरीकां ते नहीं जांदे जिहड़े थलड़े पद्धर के अधिकारी आ जां उन्हां नालों कोई ना कोई पेपर गुम कर लिया जांदा तां ही स्टे मिलता। असीं पूरी जिहड़ी कानूनी प्रक्रिया करके जिन्हें भी स्टे उतड़ावांगे पंजाब सरकार की जमीन आ पंजाब सरकार को आवेगी। जे कोई अधिकारी ताई वर्तदा जां किसे कागजकार नाल मिलके कोई कागज का अगा पिछा करता उस अधिकारी से भी कार्रवाई होगी, उस अधिकारी नूं सस्पेंड किया जाएगा। यह कितना कितने जिहड़े स्टे मिले आ जां कब्जे आ लोकां दे इहदे विच पिछलियां सरकारां जिम्मेवार सन ते नाल छोटे जिहड़े थले साडे ब्लाकां दे विच अधिकारी ने वह भी जिम्मेवार सन। हुण सरकार की इको नीयत आ कि जिहड़ी पंजाब सरकार की जमीन है पंजाब दे लोकां दी है ते पंजाब दे लोकां नूं पंजाब सरकार नूं इह जमीन फिर वापस दित्ती जाएगी, कोई कब्जा नहीं रहिण दित्ता जाएगा, सारे स्टे तोड़े जाएंगे, कानूनी प्रक्रिया ना चलांगे, कानूनी प्रक्रिया ना चला के सारा प्रोसीजर ये जमीन पंजाब सरकार दे दीन लियावांगे। पंजाब दे कल जिहड़े कल जिहड़ी ये मालकी बन चुकी है इस तों पहलां पिछे देखो जी ये मालकी जिहड़ी आ ना ये गलत तरीके नाल बनाई गई आ लोकां ने जिहड़ी बनाई आ ये कोई मालकी नहीं, ये पंजाब सरकार दी मालकी खाने च शामलाट ही बोलदी आ, मालकी खाने च पंजाब सरकार ही मालक बोलदी आ। ये सिर्फ गलत तरीके नाल रिश्तियां कीतियां गईआं। मैं तो पहले ही तुहानूं दस दिता कि कितें ना कितें साडे जिहड़े थल्ले पद्धर के ब्लाकां दे विच अधिकारी बैठे आ वो नाल रल मिल के उन्हां नाल काम कीते गए आ। ये रिश्तियां कोई रीजनल रिश्तियां नहीं गईआं, तहसीलदारां ने बह के तहसीलां दे विच जो पेपर वेखे कितें ना कितें वो जिहड़े पटवारी जां कानों को ये जिम्मेवार ने सारे अधिकारी ये रिश्तियां जिहड़ियां तोड़ के स्टे तोड़ के पंजाब सरकार दे दीन बड़ा वेखो बड़ा चिर खा लिया ये जमीना, थोड़ा चिर खा लिया 1947 तो लैके अज तक अज 2023 चढ़ गया लगभग 75-76 साल हो गए लोगों ने फ्री दे विच ये जमीना वालियां। हुण तो लोगों नूं आप चाहिए कि अगे आउण अगे आके जमीना छड्डन, अज 850 एकड़ डडियाल पिंड दे लोकां ने छड्डी आ, आप खुद कह रहे आ कि जमीन पंजाब सरकार दी असीं बोली ते लवांगे ते जिन्हां जमीन छड्डी अज्ज उह बोली भी दे रहे आ। 850 चो 352 एकड़ लोगों ने पर्ची कटा भी ली है, लोग खुश ने कि सरकार की जमीन है नाल सरकार नूं असीं पैसे देईए नाल सानूं आमदन होवे। कल किसानों के उत्ते जिहड़े धरने दे विचों जबरदस्ती उठाया गया सी उहदे बारे की कहना चाहुंदे? देखो किसान साढ़े भरा ने, मैं खुद किसान हाँ पोलीटिशियन सियासत तो पहला असी किसान हाँ, तो जे कोई भी गलत काम जां कोई होया आ उहनू असीं वेखांगे भी की गल हुई आ, पर बाकी मेरी ये ज़्यादा नॉलेज नहीं भी कोई गलत होया वा, बिल्कुल ठीक ठाक है। सर मंत्री साहब एक सवाल है आखिर इतने तुहाडे वल्लों पहले कार्रवाई की गई थी जिहड़ी बसा चलदियां सी हिमाचल दियां बिना परमिट तो उन्होंने कार्रवाई की गई थी, पर पंजाब दियां कुछ मिनी बसा जिहड़ियां ओवरलोड होकर जांदियां स्कूली बच्चे उन्होंने उपर अक्सर जिहड़ा एक्सीडेंट भी आए दिन होंदे तो उन्होंने की कार्रवाई सर? आना स्कूली जिहड़ियां बसा साढ़े RTA नाल साढ़े SDM दफ्तर आ जिन्हें भी उन्होंने वालों चैक कीतियां जांदियां, जिन्हां बसा के पेपर पूरे नहीं होंदे उन्हां बसा नूं पक्के तौर पर बंद किया जाएगा। स्कूलों वालिया ने कुछ समा लिया सी साडे को कि असी इन्हां बस मालकां नूं कह के बसा के पेपर पूरे करा लैने, जे बसा ज्यादा पुरानियां हो गई तो असं नवियां पवा दें, हुण वह समा लंघ गया है। वेखो सानू सब तो पहला आपके बच्चों की जिहड़ी सुरक्षा वह जरूरी आ, जिहड़े स्कूलों दियां बसा जिहड़ियां खस्ता हालत ने वह बसा बंद कीतियां जाणगियां ते जुर्माने भी लाए जाणगे। प्राइवेट मालक चला रहे ने बसा सर, प्राइवेट जिहड़ियां बसा चल रहियां वह स्कूली बच्चों ने जो ढोंदे ने ते पिछे लड़के होंदे ने छत्तां दे उपर बैठे ने उन्हां ते कार्रवाई नहीं सर? RTO साहब द्वारा पहले कई बार उन्हां दा अप्रोच कीती उन्हां वल्लों कोई कार्रवाई नहीं कीती गई? उन्हां जे कोई ओवरलोड बसा चलदियां तो उन्हां दी चैकिंग RTA साहब करनगे, उन्हां दे चलान भी कीते जाणगे, तो जे वो बार बार चलान तो बाद नहीं हटदे 3 वार दे चलान तो बाद पक्कियां इंपाउंड कीतियां जाणगियां। थैंक यू सर। एक मिनट फोटो।